ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਮਾਮਲੇ ਤੇ ਬੋਲਣਾ ਨਹੀਂ ਚਾਹੁੰਦਾ ਸੀ ਕਿਉਂਕਿ ਮਾਮਲਾ ਜਿਹੜਾ ਆਪਣੇ ਨਵੇਂ ਬਣਿਆ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਸੀਐਮ ਤੇ ਆ ਪੰਜਾਬ ਦੇ ਵਿੱਚ ਦਲਿਤ 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 ਹੋਈ ਪਈ ਆ ਮੈਂ ਇਸ ਮਾਮਲੇ ਤੇ ਬੋਲਣਾ ਚਾਹੁੰਦਾ ਪਹਿਲਾਂ ਆਮ ਲੋਕਾਂ ਨੇ ਕਮੈਂਟ ਕੀਤੇ ਆ ਬੜੇ ਅਪਸ਼ਬਦ ਜਿਹੜੇ ਕਮੈਂਟ ਕੀਤੇ ਆ ਬੜੀ ਉਹਨਾਂ ਦੀ ਜਿਹੜੀ ਮੈਂ ਹੁਣ ਇੱਥੇ ਕੁਝ ਮੋਲਦਾ ਨਹੀਂ ਇੱਥੇ ਮੈਂ ਹੁਣ ਮੈਂ ਉਦੋਂ ਚੱਪਰਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਨਕਾਰੇ ਲੋਕ ਆ ਵੱਧ ਦਿਮਾਕੇ ਲੋਕ ਆ ਪਰ ਜਿਵੇਂ ਉਹ ਕਹਿੰਦੇ ਨੇ ਵੀਰਬਾਲ ਜਦੋਂ ਵੀਰਬਾਲ ਨੂੰ ਕਿਹਾ ਸੀਗਾ ਅਕਬਰ ਰਾਜੇ ਨੇ ਕਿ ਅੰਨੇ ਕਿੰਨੇ ਕਹਿ ਗਏ ਆ ਤਾਂ ਜਦੋਂ ਫਿਰ ਵੀਰਬਾਲ ਨੇ ਜੁੱਤੀਆਂ ਗੰਡਣ ਲੱਗ ਗਿਆ ਸੀਗਾ ਤੇ ਰਾਜਾ ਵੀ ਆ ਕੇ ਕਹਿੰਦਾ ਸੀਗਾ ਕਿ ਵੀਰਬਾਲ ਇਹ ਤੂੰ ਕੀ ਕਰ ਰਹੇ ਹੋ ਤਾਂ ਉਹਨੇ ਆਪਦੇ ਰਾਜੇ ਦਾ ਨਾਂ ਵੀ ਅੰਨੇ 'ਚ ਲਿਖਿਆ ਸੀ ਹਾਲਾ ਕਿ ਉਹ ਕਹਿੰਦਾ ਮੈਂ ਜੁੱਤੀਆਂ ਗੰਡ ਰਿਹਾ ਤੇ ਤੁਸੀਂ ਇਹ ਕਹਿੰਦਾ ਵੀ ਤੁਸੀਂ ਵੀ ਅੰਨੇ ਆ ਤੇ ਜਦੋਂ ਮੈਂ ਹੁਣ ਗੱਲ ਇੱਥੇ ਕਰ ਲੱਗਿਆ ਗੁਰਪ੍ਰੀਤ ਦੀ ਕਿਉਂਕਿ ਮੈਂ ਵੀ ਵੱੱਤ ਦਮਾਕਿਆ ਬੰਦੇ ਰੋਡ ਕਰ ਰਿਹਾ ਇਸ ਤੇ ਵੱੱਤ ਦਮਾਕਿਆ ਵੀ ਆ ਹੁਣ ਬਹੁਤ ੜੀ ਮੈਂ ਇਹ ਚਲਾਉਂਦਾ ਇਹਦੀਆਂ ਮੈਂ ਜਿਹੜਾ ਨੇ ਭਾਸ਼ਣ ਦਿੱਤਾ ਦਲਿਤ ਦਲਿਤ ਕਹਿ ਕੇ ਮੈਂ ਉਹਦੇ ਬਿਆਨ ਤੇ ਗੱਲਾਂ ਕਰ ਲੱਗਿਆ ਪੰਜਾਬੀਓ ਪਹਿਲਾਂ ਮੈਂ ਤੁਹਾਡੇ ਤੋਂ ਹੱਥ ਬੰਨ ਕੇ ਮਾਫੀ ਚਾਹੁੰਨਾ ਨਾ ਮੈਂ ਕਦੇ ਜਾਤ ਪਾਤ ਦੀ ਗੱਲ ਕੀਤੀ ਆ ਨਾ ਮੈਂ ਕਰਨੀ ਆ ਐਡੇ ਐਡੇ ਵੱਡੇ ਕਾਂਡ ਹੋਏ ਆ ਮੈਂ ਕਦੇ ਨਹੀਂ ਬੋਲਿਆ ਪਰ ਆ ਗੁਰਪ੍ਰੀਤ ਦੀਆਂ ਗੱਲਾਂ ਨੇ ਮੈਨੂੰ ਮਜਬੂਰ ਕੀਤਾ ਕੁਝ ਕੋਈ ਹੋਰ ਬੰਦੇ ਦੀਆਂ ਗੱਲਾਂ ਨੇ ਜਿਹੜਾ ਪੰਜਾਬ ਦੇ ਵਿੱਚ ਕੱਲੋ ਕਿਸਾਨ ਤੇ ਮਜ਼ਦੂਰਾਂ ਦੀ ਜਿਹੜੀ ਐ ਹੋਣ ਤੇ ਹੋ ਜੂਗੀ ਹੁਣ ਇਸ ਟਾਈਮ ਤੇ ਤੇ ਮੈਂ ਉਹ ਮਾਮਲਾ ਕਿੱਥੇ ਨਵੇੜ ਦਿਨਾ ਇੱਥੇ ਪਹਿਲਾਂ ਮੈਂ ਕਹਿ ਦੇਵਾਂ ਇੱਥੇ ਗੁਰਪ੍ਰੀਤ ਕੋਟਲੀ ਕਹਿੰਦਾ ਹੁਣ ਆਖੇ ਪੰਜਾਬ ਦਾ ਨਵਾਂ ਸੀਐਮ ਬਣਿਆ ਆਖੇ ਪੰਜਾਬ ਦੇ ਵਿੱਚ ਪਹਿਲਾਂ ਜਾਤਪਾਤ ਹੈ ਨਹੀਂ ਸੀ ਤਾਂ 2022 ਦੇ ਵਿੱਚ ਅਖੇ ਕਾਂਗਰਸ ਨੇ ਉਹ ਵੀ ਪਾਤੀ ਆ ਆਖੇ বিজে ਕੋਲ ਪੀ ਕੋਲ ਵੀ ਕੋਈ ਮੁੱਦਾ ਨਹੀਂ ਸੀਗਾ ਕਾਲੀ ਦਲ ਨੇ ਵੀ ਅਖੇ ਬਣਾਇਆ ਸੀ ਤੇ ਆਮ ਆਦਮੀ ਪਾਰਟੀ ਦਾ ਵੀ ਸਾਰਿਆਂ ਹੀ ਮੈਂ ਗੱਲਾਂ ਕਰਦੇ ਨਾ ਇੱਥੇ ਹਰ ਮੈਂ ਤੇ ਚੁਣਮੀਆਂ ਚੁਣਮੀਆਂ ਗੱਲਾਂ ਕਰਦਿੰਨਾ ਗੁਰਪ੍ਰੀਤ ਕੋਟਲੀ ਨੇ ਇਹ ਗੱਲ ਕਹੀ ਕਿ ਯਾਰ ਅਖੇ ਬੜੀ ਅਫਸੋਸ ਦੀ ਗੱਲ ਆ ਪੰਜਾਬ ਵਿੱਚ ਅਖੇ ਸੀਐਮ ਬੰਦੇ ਨਹੀਂ ਅਖੇ ਮੋਰੇ ਬਣਾਏ ਜਾ ਰਹੇ ਆ ਤੇ ਮੈਨੂੰ ਇਹ ਗੱਲਾਂ ਦਾ ਜਵਾਬ ਦੇ ਦੇ ਜੇ ਮੈਂ ਸਾਰੇ ਵੀਰਾਂ ਤੋਂ ਪੁੱਛਦਾ ਅੱਜ ਮਾਫੀ ਚਾਹੁੰਨਾ ਮੈਂ ਇਹ ਵੀ ਦੱਸ ਦਿੰਨਾ ਨਾਲੇ ਜਿਹੜਾ ਕੋਈ ਰਾਜਨੀਤਿਕ ਦੇ ਵਿੱਚ ਆ ਜਾਏ ਜਾਂ ਜਿਹੜਾ ਕੋਈ ਕਲਾਕਾਰ ਬਣ ਜਾਏ ਜਾਂ ਜਿਹੜਾ ਕੋਈ ਆਪਣੇ ਐਡਵੋਕੇਟ ਸਾਹਿਬ ਬਣ ਜਾਣਾ ਜਾਂ ਕੋਈ ਵੀ ਅਹੁਦਾ ਉੱਚ ਅਧਿਕਾਰੀ ਦੇ ਵਿੱਚ ਆ ਜਾਂਦਾ ਜਾ ਮੰਨ ਲਓ ਕੋਈ ਵੀ ਡਿਪਾਰਟਮੈਂਟ ਸਰਕਾਰੀ ਦੇ ਵਿੱਚ ਆ ਜਾਂਦਾ ਉੱਥੇ ਸੱਜਣ ਪਿਆਰੋ ਜਾਤ ਪਾਤ ਨਹੀਂ ਹੁੰਦੀ ਉੱਥੇ ਉਹਨੇ ਉਹਦੇ ਡਿਪਾਰਟਮੈਂਟ ਦੀ ਕਰਨੀ ਹੁੰਦੀ ਆ ਇਹ ਹੁਣ ਮੈਂ ਗੱਲਾਂ ਦੱਸ ਰਿਹਾ ਤੇ ਮੈਂ ਜੇ ਕਿਸੇ ਡਿਪਾਰਟਮੈਂਟ ਨੂੰ ਗਲਤ ਕਹਿ ਦਿੱਤਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਹੁਣ ਇਹ ਗੁਰਪ੍ਰੀਤ ਕੋਟਲੀ ਕਹਿ ਰਿਹਾ ਪੰਜਾਬ ਦੇ ਵਿੱਚ ਜਾਤ ਪਾਤ ਨਹੀਂ ਸੀ ਉਹ ਵੀ ਮੈਂ ਦੱਸਦਾ ਜਾਤ ਪਾਤ ਹੈਗੀ ਸੀ ਕਿ ਨਹੀਂ ਹੈਗੀ ਸੀ ਇਹ ਕਹਿੰਦਾ ਦਲਿਤ ਮੁੱਖ ਮੰਤਰੀ ਪੰਜਾਬ ਤਾਂ ਕਿ ਪਹਿਲਾਂ ਡੁੱਬਿਆ ਪਿਆ ਸੀ ਆਏ ਆ ਜਾਵਾਂ ਸਾਨੂੰ ਵੀ ਪਤਾ ਪੰਜਾਬ ਦਾ ਪਹਿਲਾਂ ਡੁੱਬਿਆ ਪਿਆ ਸੀ ਪਰ ਗੁਰਪ੍ਰੀਤ ਕੋਟਲੀ ਤੂੰ ਆਪਦੀ ਅਕਲ ਦਾ ਬਿਆਨ ਦਿੱਤਾ ਮੈਨੂੰ ਇਹ ਗੱਲਾਂ ਦੱਸ ਕਿ ਜਿਹੜਾ ਕੈਪਟਨ ਮਰਿੰਦਰ ਸਿੰਘ ਨੇ ਬਿਆਨਬਾਜ਼ੀਆਂ ਦਿੱਤੀਆਂ 2017 ਦੇ ਵਿੱਚ ਇਹ ਦਲਿਤਾਂ ਦੇ ਵਿੱਚੋਂ ਸੀਗਾ ਇਹ ਮੈਨੂੰ ਬਿਆਨ ਦੇ ਪਹਿਲਾ ਨੰਬਰ ਦਲਿਤ ਨਹੀਂ ਐਸਸੀ ਕਹ ਇਹ ਐਸਸੀਆਂ ਦੇ ਵਿੱਚੋਂ ਸੀਗਾ ਜਾਂ ਜਿਹੜਾ ਪੰਜਾਬ ਨੂੰ 10 ਸਾਲ ਪਿਛਲੇ ਸਾਲ ਰਹੀ ਹੈ ਜਿਹੜੀ ਸਰਕਾਰ ਰਹੀ ਕਾਲੀ ਦਾਲ ਦੀ ਆ ਬਾਬਾ ਬਾਦਲ ਐਸਸੀ ਕੈਟਾਗਰੀ ਦੇ ਵਿੱਚੋਂ ਸੀਗਾ ਗੱਲਾਂ ਦੇ ਜਵਾਬ ਦੇ ਮੈਨੂੰ ਇੱਥੇ ਤੈਨੂੰ ਦੇਣੇ ਪੈਣੇ ਗੱਲਾਂ ਦੇ ਜਵਾਬ ਤੈਨੂੰ ਵੀਡੀਓ ਪਾਕੇ ਦੇਣੇ ਪੈਣੇ ਜਵਾ ਤੂੰ ਬਹੁਤ ਜਿਹੜੇ ਮੁੱਦੇ ਪੜ ਘਾ ਰਹੇ ਨੇ ਤੁਸੀਂ ਅੱਜ ਮੈਂ ਤੁਹਾਨੂੰ ਵਾਅਦੇ ਵਾਅਦੇ ਕਹਿਣਾ ਜਿਹੜਾ ਕਿਸਾਨੀ ਮੁੱਦਾ ਹੁਣ ਨੂੰ ਇਹ ਵਧੀਆ ਫਾਈਨਲ ਹੋ ਜਾਣਾ ਸੀ ਕੰਮ ਹੈ ਮੈਂ ਕਹਿੰਦਾ 2-4 ਮਹੀਨਾ ਚ ਹੋ ਜਾਣਾ ਸੀ ਜੇਕਰ ਇੰਡੀਆ ਦੇ ਵਿੱਚ ਜਾਤ ਪਾਤ ਨਾ ਹੁੰਦੀ ਇਹ ਮੈਂ ਕਹਿੰਦਾ ਇੱਥੇ ਮੈਨੂੰ ਇਹ ਗੱਲ ਦੱਸੋ ਯਾਰ ਜਿਹੜਾ ਤੁਸੀਂ ਫਿਰ ਇਹਨੇ ਇਹ ਗੱਲ ਕਹੀ ਆ ਕਹਿੰਦਾ ਪੰਜਾਬ ਦੇ ਲੋਕਾਂ ਤੁਹਾਨੂੰ ਲੱਗ ਸਕਦਾ ਚਰਨਜੀ ਚੰਨੀ ਆਪ ਆਪ ਫੈਸਲੇ ਕਰ ਸਕਦਾ ਆਪ ਡਿਸੀਜਨ ਲੈ ਸਕਦਾ ਤਮੈਨੂੰ ਅੱਗੇ ਗੱਲਾਂ ਦਾ ਜਵਾਬ ਦੇ ਬਾਦਲ ਆਪ ਡਿਸੀਜਨ ਲੈਂਦਾ ਹੁੰਦਾ ਸੀ ਪੰਜਾਬ ਦੇ ਵਿੱਚ ਜਾਂ ਜਿਹੜਾ ਕੈਪਟਨ ਮਰਿੰਦਰ ਸਿੰਘ ਆਪ ਡਿਸੀਜਨ ਲੈਂਦਾ ਰਿਹਾ ਇਹ ਕਹਿੰਦਾ ਨਵਜੋਤ ਸਿੰਘ ਸਿੱਧੂ ਤੋਂ ਪੁੱਛੂਗਾ ਜਾਂ ਕੈਪਟਨ ਤੋਂ ਪੁੱਛੂਗਾ ਤੇ ਨਵਜੋਤ ਸਿੰਘ ਸਿੱਧੂ ਨੂੰ ਤੂੰ ਕਿੱਡਾ ਕਿ ਮੁੱਖ ਮੰਤਰੀ ਤਗੜਾ ਸਮਝਿਆ ਇਹ ਕਹਿੰਦਾ ਨਵਜੋਤ ਸਿੰਘ ਸਿੱਧੂ ਦਾ ਤਜਰਬਾ ਬੜਾ ਹੋਇਆ ਪਿਆ ਪਰ ਮੈਂ ਮਾਫੀ ਚਾਹੁੰਨਾ ਬੜੀਆਂ ਨੇ ਪਾਰਟੀਆਂ ਬਦਲੀਆਂ ਇਹਨੂੰ ਪਤਾ ਨਹੀਂ ਕਿੰਨੇ ਕ ਸਾਲ ਰਾਜਨੀਤੀ ਦੇ ਵਿੱਚ ਹੋ ਗਏ ਆ ਇਹਦਾ ਇੱਕ ਵੀ ਤਜਰਬਾ ਵਿਖਾਦਾ ਜਿਹੜਾ ਪੰਜਾਬ ਦੇ ਕੰਮ ਆਇਆ ਹੋਵੇ ਗੁਰਪ੍ਰੀਤ ਕੋਟਲੀ ਮੈਨੂੰ ਇਹ ਗੱਲਾਂ ਦੇ ਜਵਾਬ ਦੇਣੇ ਪਾਣੇ ਤੈਨੂੰ ਇਹ ਮੈਂ ਇੱਥੇ ਜਿਹੜੀਆਂ ਗੱਲਾਂ ਕਰ ਲੱਗਾ ਮੈਨੂੰ ਅੱਜ ਬੜੀ ਸ਼ਰਮਿੰਦਗੀ ਆ ਰਹੀ ਆ ਆਪਦੇ ਆਪ ਤੇ ਕਿ ਪੰਜਾਬ ਦੇ ਜਿਹੜਾ ਤੂੰ ਕਹਿ ਰਿਹਾ ਨਾ ਪੰਜਾਬ ਦੇ ਦੇ ਜਾਤ ਪਾਤ ਨਹੀਂ ਸੀ ਐਸੀ ਮੁੱਖ ਮੰਤਰੀ ਬਣਿਆ ਤਾਂ ਤੇਰੇ ਨੀਂਦ ਨਹੀਂ ਆ ਰਹੀ ਹੁਣ ਮੈਂ ਇੱਥੇ ਵੀ ਕਹਿ ਦਿੰਨਾ ਨੀਂਦ ਕਈ ਕਾਂਗਰਸ ਦੇ ਐਮਐਲਏ ਨੂੰ ਵੀ ਨਹੀਂ ਆ ਰਹੀ ਹੋਣੀ ਇੱਥੇ ਇੱਥੇ ਮੈਂ ਸਪਸ਼ਟ ਕਹਿ ਦੇਵਾਂ ਤੇ ਮੈਂ ਕੋਈ ਜਾਤ ਪਾਤ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਫੋਨ ਬਹੁਤ ਆਏ ਆ ਕਿ ਤੂੰ ਬੋਲਦਾ ਨਹੀਂਗਾ ਉਹ ਐ ਕਹਿ ਰਿਹਾ ਉਹ ਯੋ ਕਹਿ ਰਿਹਾ ਭਾਈ ਸਾਹਿਬ ਮੈਂ ਇੱਥੇ ਗੱਲ ਕਹਿ ਦੇਵਾਂ ਸਾਨੂੰ ਮਾਰਿਆ ਤਾਂ ਸਾਡੇ ਦੇਸ਼ ਨੂੰ ਇੱਥੇ ਕਹਿ ਰਣਾ ਉਹ ਕੀ ਮੈਂ ਇੱਥੇ ਕੀ ਵਹਿ ਜੀਆਂ ਗੱਲਾਂ ਕਰ ਰਿਹਾ ਯਾਰ ਮੈਨੂੰ ਸਮਝ ਨਹੀਂ ਆ ਰਹੀ ਗੁਰਪ੍ਰੀਤ ਕੋਟਲੀ ਨੂੰ ਮੈਂ ਬੜਾ ਚੰਗਾ ਇਨਸਾਨ ਸਮਝਦਾ ਸੀ ਪਰ ਇਹਨੇ ਸਬੂਤ ਦੇਤਾ ਆਪਣੀ ਅਕਲ ਦਾ ਕਿ ਇਹਦੀ ਅਕਲ ਕਿੰਨੀ ਕੋ ਮੈਂ ਸਮਝ ਗਿਆ ਮੈਨੂੰ ਇਹ ਨਹੀਂ ਪਤਾ ਵੀ ਮੇਰੀਆਂ ਗੱਲਾਂ ਦੇ ਵਿੱਚ ਕੋਈ ਦਮ ਹੈ ਜਾਂ ਨਹੀਂ ਹੈ ਪਰ ਜਿਹੜਾ ਵੀ ਅੱਗੇ ਡਿਸੀਜਨ ਜਿਹੜਾ ਕੈਪਟਨ ਮਰਿੰਦਰ ਸਿੰਘ ਹੈ ਨਾ ਉਹ ਵੀ ਜਿਹੜਾ ਕਹਦਾ ਜਿਹੜਾ ਆਪ ਦਾ ਜਿਹੜੇ ਫੈਸਲੇ ਲੈਂਦਾ ਉਹ ਆਪਦੇ ਪੱਲੋਂ ਨਹੀਂ ਲੈਂਦਾ ਸੀਗਾ ਉਹ ਵੀ ਆਪਦੀ ਹਾਈ ਕਮਾਂਡ ਤੋਂ ਪੁੱਛ ਕੇ ਲੈਂਦਾ ਹੋਣਾ ਔਰ ਰਹੀ ਗੱਲ ਕਾਂਗਰਸ ਦੀ ਤੂੰ ਕਹਿ ਰਿਆਂ ਉਹ ਐ ਹੋ ਗਿਆ ਤਾਂ ਯੋ ਹੋ ਗਿਆ ਇਹ ਪੰਜਾਬ ਦੇ ਜਿਹੜਾ ਲੱਖਾਂ ਜਿਹੜਾ ਕਹਿੰਦਾ ਤਿੰਨ ਲੱਖ ਕਰੋੜ ਰੁਪਈਆ ਦਾ ਲਗਭਗ ਕਰਜ਼ਾ ਜਿਹੜਾ ਪੰਜਾਬ ਤੇ ਉਹ ਚੜਾਉਣ ਵਾਲੇ ਕੌਣ ਸੀ ਦੱਸ ਮੈਨੂੰ ਗੱਲਾਂ ਉਹਨੀਆਂ ਕਰੋ ਜਿੰਨੀਆਂ ਪੁੱਗ ਜਾਣ ਤੇਰੀਆਂ ਵੀਡੀਓ ਚਾਕੇ ਕਈ ਆਸੀ ਭਾਈਚਾਰਿਆਂ ਨੇ ਲਾਈਗਾ ਹੋਗਾ ਪੇਜਾਂ ਤੇ ਕਹਿੰਦੇ ਆ ਵੇਖ ਲਓ ਤਾਂ ਦਿਮਾਗ ਕੀ ਸਬੂਤ ਤੂੰ ਕੀ ਹੈ ਮਤਲਬ ਆਈ ਕੋਣ ਆ ਤੂੰ ਪੰਜਾਬ ਦੇ ਵਿੱਚ ਤੂੰ ਲੋਕਾਂ ਨੂੰ ਸਮਝਾਉਣਾ ਜਾਤ ਪਾਤ ਦੇ ਮਾਮਲੇ ਦੇ ਵਿੱਚ ਤਾਂ ਤੇਰੀ ਆਪ ਦੀ ਜਿਹੜੀ ਤੇਰੇ ਖੁਰਕ ਲੱਗੀ ਪਈ ਆ ਮੈਨੂੰ ਸਮਝ ਨਹੀਂ ਆਉਂਦੀ ਹੁਣ ਤੂੰ ਕਹਿ ਰਿਹਾ ਪੰਜਾਬ ਜਾਤ ਪਾਤ ਦੇ ਵਿੱਚ ਐ ਨਹੀਂ ਸੀ ਗਨਾਦਾ ਤੈਨੂੰ ਅੱਜ ਮੋਗੇ ਏਰੀਆ ਦੇ ਵਿੱਚ ਇੱਕ ਗੁਰਦੁਆਰੇ ਦੇ ਪਤਾ ਨਹੀਂ ਪ੍ਰਧਾਨ ਸੀਗਾ ਜਾਂ ਕਮੇਟੀ ਦਾ ਪ੍ਰਧਾਨ ਜਿਹੜਾ ਉਨੇ ਰਿਕਾਰਡਿੰਗ ਵਾਇਰਲ ਹੁੰਦੀ ਆ ਕਿ ਅਸੀਂ ਕੋਈ ਵੀ ਗੁਰਦੁਆਰਾ ਚ ਨਾ ਵੜੇ ਉਹਦੇ ਤੇਰੀ ਜਵਾਨ ਵਢੀ ਗਈ ਸੀ ਓਏ ਤੇਰ ਤੋ ਬੋਲੇ ਨਹੀਂ ਗਿਆ ਉਹਦੇ ਮੈਨੂੰ ਗੱਲਾਂ ਦਾ ਜਵਾਬ ਦੇ ਤੂੰ ਉਹਦੇ ਤੇਰੀ ਜਵਾਨ ਕਿੱਥੇ ਜਾਂਦੀ ਰਹੀ ਸੀ ਫਿਰ ਹੋਰ ਇੱਕ ਪਿੰਡ ਦੇ ਵਿੱਚ ਹੁਕਾ ਦਿੱਤਾ ਜਾਂਦਾ ਕਿ ਅਸੀਂ ਬੰਦਾ ਕੋਈ ਵੀ ਗੁਰਦੁਆਰਾ ਚ ਨਾ ਵੜੇ ਤੇ ਜਿਹੜਾ ਵਰਗਿਆਂ ਨੂੰ ਪਤਾ ਨਹੀਂ ਕਿੰਨੇ ਹਜ਼ਾਰ ਇਹਨਾਂ ਨੇ ਜੁਰਮਾਨਾ ਕਿਆ ਸੀ ਉਹਦੇ ਤੇਰਾ ਦਿਮਾਗ ਫੇਲ ਸੀ ਓਏ ਮੈਨੂੰ ਗੱਲਾਂ ਦਾ ਜਵਾਬ ਦੇ ਤੂੰ ਇੱਥੇ ਤੈਨੂੰ ਮੈਂ ਗੱਲਾਂ ਜਿਹੜੀਆਂ ਪੁੱਛ ਰਿਹਾ ਨਾ ਤੇਰਾ ਜਿਹੜਾ ਦਿਮਾਗ ਤੇਰਾ ਜਿਹੜਾ ਤੇਰੀ ਹਵਾ ਦੇ ਵਿੱਚ ਜਿਹੜਾ ਤੇਰਾ ਟੈਟ ਹੋ ਚੁੱਕਿਆ ਉਹ ਆਪਦੀ ਫੁਕਰ ਪੁਣਾ ਦੇ ਵਿੱਚ ਰੱਖ ਬਾਲੀ ਬੋਲਣ ਦੀ ਲੋੜ ਨਹੀਂ ਏਥੇ ਤੈਨੂੰ ਤੂੰ ਸਮਝ ਕੀ ਰਿਹਾ ਆ ਉਹਦੇ ਆਪ ਨੂੰ ਤੈਨੂੰ ਪਤਾ ਹੈ ਤੂੰ ਕੀ ਕਹਿ ਰਿਹਾ ਇਹੋ ਜਿਹਾ ਚੰਨੀ ਆ ਮੈਂ ਚੰਨੀ ਸਾਹਿਬ ਤੁਹਾਨੂੰ ਕਹਿਣਾ ਹੁਣ ਸਾਬ ਘਾਣ ਨੂੰ ਤਾਂ ਕਹਿ ਰਹੇ ਆ ਕਿਉਂਕਿ ਤੁਸੀਂ ਪੰਜਾਬ ਦੇ ਸੀਐਮ ਆ ਇਹ ਪੰਜਾਬ ਇਹ ਇੰਡੀਆ ਇਹ ਇਹੀ ਰਹੂਗਾ ਕਦੇ ਬਦਲ ਨਹੀਂ ਸਕਦਾ ਇਹ ਤੁਹਾਡੇ ਲੋਕ ਜਿਹੜੇ ਛੁੱਧਰ ਲੋਕ ਆ ਪਰ ਛੁੱਧਰਾਂ ਦੇ ਵਿੱਚ ਆਉਂਦੇ ਆ ਆਪਣੇ ਵਿੱਚ ਕਦੇ ਇੱਕ ਨਹੀਂ ਹੋ ਸਕਦਾ ਆਪਾਂ ਮਰਾਂਗੇ ਪਹਿਲਾਂ ਕਿਸਾਨੀ ਨੂੰ ਮਾਰਨਗੇ ਫਿਰ ਮਜ਼ਦੂਰਾਂ ਨੂੰ ਮਾਰਨਗੇ ਕਦੇ ਵੀ ਆਪਾਂ ਇਕੱਲੇ ਹੋ ਸਕਦੇ ਇਹ ਤੁਸੀਂ ਕਹਿ ਰਹੇ ਆ ਤੁਹਾਨੂੰ ਮੈਂ ਕਿੰਨੇ ਵਾਰੀ ਕਹਿ ਰਿਹਾ ਜਾਤਾਂ ਪਾਤਾਂ ਦੇ ਬਿਆਨ ਨਾ ਦਿਓ ਬੱਦ ਜੀ ਲੋ ਮੈਂ ਤੁਹਾਨੂੰ ਕੀ ਕਹਾਂ ਇੱਥੇ ਤੈਨੂੰ ਮੈਂ ਵਾਰ-ਵਾਰ ਕਹਿ ਰਿਹਾ ਤੁਹਾਡੇ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਕਿਸਾਨੀ ਜਿਹੜਾ ਮਾਮਲਾ ਉਹ ਕਿੱਦੇ ਦਾ ਜਿਹੜਾ ਖਤਮ ਹੋ ਜਾਣਾ ਸੀਗਾ ਕਿੱਦੇ ਦੇ ਬਿੱਲ ਕਾਲੇ ਕਾਨੂੰਨ ਵਾਪਸ ਹੋ ਜਾਣਾ ਸੀ ਮੋਦੀ ਕੌਣ ਹੁੰਦਾ ਕਾਲੇ ਕਾਨੂੰਨ ਲਿਆਉਣ ਵਾਲਾ ਲਿਆਉਣ ਵਾਲੇ ਆਪਣੇ ਲੋਕ ਆ ਜਾਂ ਮੈਨੂੰ ਹੁਣ ਗੱਲਾਂ ਦੇ ਜਵਾਬ ਦੇ ਇੱਥੇ ਜਿਹੜੇ ਕਾਲੇ ਕਾਨੂੰਨਾਂ ਦੇ ਸਹਿਯਨ ਕੀਤੇ ਸੀ ਜਾਂ ਜਿਹੜੇ ਬਾਦਲ ਪਰਿਵਾਰ ਆ ਇਹ ਅਸੀ ਕੈਡਾਗਰੀ ਦੇ ਵਿੱਚ ਆਉਂਦੇ ਆ ਇਹ ਤੇਰੀ ਯਾਦ ਦੇ ਵਿੱਚ ਆਉਂਦੇ ਸੀ ਉਹਨਾਂ ਨੇ ਸਹਿਯਨ ਕੀਤੇ ਉੱਥੇ ਮੈਂ ਤੇਰੇ ਮੂੰਹ ਹਲ ਵੇਖ ਰਿਹਾ ਪੰਜਾਬ ਦੇ ਲੋਕਾਂ ਦੇ ਮੂੰਹ ਹਲ ਵੇਖ ਰਿਹਾ ਤੁਸੀਂ ਚੁੱਪ ਕੀਤੇ ਨੂੰ ਸਮਝਦੇ ਕੀ ਓ ਮੈਂ ਤੁਹਾਨੂੰ ਕਹਿ ਰਿਹਾ ਸਾਨੂੰ ਗਰਮ ਨਾ ਕਰੋ ਫਿਰ ਇੱਥੇ ਗੱਲ ਆਉਂਦੀ ਨਾ ਜਾਤ ਪਾਤ ਦੀ ਜਾਤਾਂ ਪਾਤਾਂ ਦੇ ਬਿਆਨ ਬਾਜ਼ੀਆਂ ਦੇਵੋਗੇ ਪੰਜਾਬ ਦੇ ਹਾਲਾਤ ਵਿਗੜਨੇ ਆ ਕੋਈ ਸੁਧਰਨੇ ਨਹੀਂ ਗਏ ਮੈਂ ਪਹਿਲਾਂ ਵੀ ਲੋਕਾਂ ਨੂੰ ਕਿਹਾ ਸੀ ਇਹ ਕੋਈ ਐਸਸੀ ਜਾਂ ਕੋਈ ਬੀਸੀ ਜਾਂ ਕੋਈ ਜਰਨਲ ਮੁੱਖ ਮੰਤਰੀ ਨਹੀਂ ਸੁਧਾਰ ਸਕਦਾ ਸਧਾਰੂਗਾ ਕੌਣ ਜਿਹਦਾ ਵਿੱਚ ਇਨਸਾਨੀਅਤ ਹੋਈ ਪਹਿਲਾਂ ਬੀਜੇਪੀ ਨੇ ਕਿਹਾ ਸੀ ਅਸੀਂ ਐਸਸੀ ਮੁੱਖ ਮੰਤਰੀ ਬਣਾਵਾਂਗੇ ਤਾਂ ਮੈਨੂੰ ਬੜੇ ਲੋਕਾਂ ਦੇ ਫੋਨ ਆਏ ਤੂੰ ਬੀਜੇਪੀ ਚੋ ਮੈਂ ਕਿਹਾ ਮੈਂ ਨਹੀਂ ਜਾਂਦਾ ਕਿਉਂਕਿ ਉਹਨਾਂ ਨੇ ਰੱਖਣਾ ਕੀ ਇੱਕ ਉਹਨਾਂ ਨੇ ਰੱਖਣਾ ਬਿਹਾਰੀਆ ਸੀਐਮ ਕੌਣ ਹੁੰਦਾ ਹਾਈ ਕਮਾਂਡ ਵਾਸਤੇ ਕੀ ਜਿਹੜਾ ਕਪਟਰ ਮਰਿੰਦਰ ਸਿੰਘ ਸੀਗਾ ਇਹ ਫੈਸਲੇ ਆਪ ਲੈਂਦਾ ਸੀ ਨਹੀਂ ਇਹ ਵੀ ਹਾਈ ਕਮਾਂਡ ਤੋਂ ਲੈਂਦਾ ਸੀ ਇਹ ਹਾਈ ਕਮਾਂਡ ਤੋਂ ਫੈਸਲੇ ਲੈਂਦਾ ਸੀ ਕਿ ਅਸੀਂ ਕੀ ਕਰੀਏ ਜਾਂ ਜਿਹੜਾ ਤੇਰਾ ਨਵਜੋਤ ਸਿੰਘ ਸਿੱਧੂ ਆ ਜਿਹਨੂੰ ਤੂੰ ਤਜਰਬੇਕਾਰ ਕਹਿ ਰਿਆਂ ਇਹ ਫੈਸਲੇ ਆਪ ਲੈਂਦਾ ਸੀ ਮੈਨੂੰ ਗੱਲਾਂ ਤੇ ਜਵਾਬ ਦੇ ਇੱਥੇ ਜਾਂ ਜਿਹੜਾ ਹਰਪਾਲ ਚੀਮਾ ਇਹ ਇਹ ਮਤਲਬ ਉਹਨੇ ਕਿਹਾ ਸੀ ਉਹਨੂੰ ਤੁਸੀਂ ਲਾਓ ਹਰਪਾਲ ਚੀਮਾ ਨੂੰ ਪਤਾ ਕਿਉਂ ਲਾਇਆ ਸੀ ਕਿਉਂਕਿ ਉਹਨੂੰ ਜਿਹੜਾ ਹੁਣ ਮੇਰੇ ਤੋਂ ਪੰਜਾਬੀ ਜੀ ਸੁਣ ਲਾ ਫਿਰ ਇੱਥੇ ਕੋਈ ਵੀ ਪਾਰਟੀ ਆ ਉਹਨਾਂ ਨੇ ਉਹ ਬੰਦਾ ਲੈਣਾ ਜਿਹਨੂੰ ਪਤਾ ਹੀ ਨਹੀਂਗਾ ਇਹ ਜਿਹੜਾ ਜਿਹੜਾ ਕਰੋ ਚੀਮਾ ਜਿਹੜਾ ਕੀ ਮੇਰੇ ਮਤਨ ਤੁਹਾਨੂੰ ਗੱਲ ਕਹਿ ਰਿਹਾ ਜਿਹੜਾ ਚੜ੍ਹਜੀ ਚੰਨੀ ਬਣਾਇਆ ਸੀਐਮ ਬਣਾਇਆ ਇਹ ਕਿਉਂ ਬਣਾਇਆ ਇਸ ਕਰਕੇ ਬਣਾਇਆ ਕਿ ਦੋ ਤਿੰਨ ਮਹੀਨੇ ਦੇ ਵਿੱਚ ਇਹਨੂੰ ਜਿਵੇਂ ਬਦਨਾਮ ਕਹੋ ਤੇ ਇੱਕ ਇਹਦਾ ਸੁਭਾਅ ਥੋੜਾ ਠੰਡਾ ਵਿਖਾ ਰਹੇ ਆ মিডিਆ ਦੇ ਵਿੱਚ ਤੇ ਜਿਹਨੂੰ ਤੂੰ ਸਿੱਧੂ ਸਿੱਧੂ ਕਹਿ ਰਿਹਾ ਉਹਦਾ ਸੁਭਾਅ ਬਹੁਤ ਗਰਮ ਆ ਬਹੁਤ ਜਿਆਦਾ ਸੁਭਾਅ ਗਰਮਾ ਉਹਦਾ ਇੱਥੇ ਪੰਜਾਬ ਦੇ ਵਿੱਚ ਜਾਤੀ ਰਾਜਨੀਤੀ ਨਹੀਂ ਚਾਹੀਦੀ ਆ ਬਾਦਲਾ ਜਿਹੜੇ ਜੱਟ ਸੀਗੇ ਇਹਨਾਂ ਨੇ ਐਜੂਕੇਸ਼ਨ ਜੱਟਾਂ ਵਾਸਤੇ ਫ੍ਰੀ ਨਹੀਂ ਕੀਤਾ ਹੈ ਗੱਲਾਂ ਦੇ ਜਵਾਬ ਦੇ ਆ ਜਿਹੜਾ ਸਾਧੂ ਮੰਤਰੀ ਸੀ ਇਹ ਅਸੀਂ ਸੀਗਾ ਇਹ ਅਸੀਂ ਬੰਦੇ ਦਾ ਵਜੀਫਾ ਖਾ ਗਿਆ ਅਸੀਂ ਇਹਦੇ ਹਾਰ ਪਾ ਗਏ ਮੈਂ ਤੁਹਾਨੂੰ ਕਿੰਨੇ ਕਾਰੀ ਕਵਾਂ ਪੰਜਾਬ ਦੇ ਵਿੱਚ ਕੋਈ ਰਾਜਨੀਤੀ ਜਾਤੀਵਾਦ ਦੀ ਜਿਹੜੀ ਤੁਸੀਂ ਕਰ ਰਹੇ ਹੋ ਪੰਜਾਬ ਨੂੰ ਕੋਈ ਵੀ ਚਾਹੇ ਕਿਸੇ ਵੀ ਸਟੇਟਰ ਨੂੰ ਜਾਤੀ ਮੁੱਖ ਮੰਤਰੀ ਨਹੀਂ ਚਾਹੀਦਾ ਜਾਤੀ ਨਹੀਂ ਪੀਐਮ ਚਾਹੀਦਾ ਸਾਨੂੰ ਇਨਸਾਨੀयत ਬੰਦਾ ਚਾਹੀਦਾ ਜਿਹੜਾ ਸਿਰਫ ਦੋ ਚੀਜ਼ਾਂ ਦੀ ਗੱਲ ਕਰੇ ਤਿੰਨਾਂ ਦੀ ਬੱਚੇ ਜੰਮਦੇ ਨੂੰ ਸਿਹਤ ਡਿਪਾਰਟਮੈਂਟ ਚਾਹੀਦਾ ਹੁੰਦਾ ਉਹ ਫ੍ਰੀ ਹੋਣਾ ਚਾਹੀਦਾ ਚਾਹੇ ਉਹ ਸੀਓ ਹੋਵੇ ਚਾਹੇ ਉਹ ਬੀਸੀ ਹੋਵੇ ਚਾਹੇ ਉਹ ਜਰਨਲ ਹੋਵੇ ਨਾਲ ਦੀ ਨਾਲ ਜਿਹੜਾ ਦੂਜਾ ਜਦੋਂ ਵੱਡਾ ਹੁੰਦਾ ਉਹਨੂੰ ਸਿਹਤ ਪਰ ਜਿਹੜਾ ਇੱਕ ਸਿਹਤ ਹੋ ਗਈ ਇੱਥੇ ਸਿੱਖਿਆ ਡਿਪਾਰਟਮੈਂਟ ਚਾਹੀਦਾ ਹੁੰਦਾ ਉਹ ਫ੍ਰੀ ਹੋਣਾ ਚਾਹੀਦਾ ਚਾਹੇ ਉਹ ਸੀਓ ਹੋਵੇ ਚਾਹੇ ਉਹ ਬੀਸੀ ਹੋਵੇ ਚਾਹੇ ਉਹ ਜਰਨਲ ਹੋਵੇ ਫਿਰ ਆਉਂਦਾ ਰੁਜ਼ਗਾਰ ਜਦੋਂ ਬੱਚਾ ਵੱਡਾ ਹੁੰਦਾ ਰੋਜ਼ਗਾਰ ਸਭ ਨੂੰ ਮਿਲਣਾ ਚਾਹੀਦਾ ਚਾਹੇ ਉਹ ਐਸ.ਆਈ.ਓ. ਵਿੱਚ ਆਇਓ ਬੀ.ਐਸ.ਆਈ. ਹੋਵੇ ਜਿੰਨਾ ਕੋ ਪੜਿਆ ਉਹਦੇ ਹਿਸਾਬ ਦੇ ਨਾਲ ਉਹਨੂੰ ਮਿਲਣਾ ਚਾਹੀਦਾ ਰੋਜ਼ਗਾਰ ਜਿਹੜਾ ਮਿਲਣਾ ਚਾਹੀਦਾ ਉਹਨੂੰ ਨੌਕਰੀ ਉਹਦੇ ਜਿਹੜੀ ਕਹਿ ਲੋ ਦੀ ਜਿੰਨਾ ਕੋ ਦੇ ਵਿੱਚ ਕੁਆਲਿਟੀ ਉਹਨੀ ਮਿਲਣੀ ਚਾਹੀਦੀ ਆ ਜਾਤਾਂ ਪਾਤਾਂ ਪਾਈਆਂ ਕਿਨੇ ਆ ਬਾਦਲ ਦੇ ਪਾਈਆਂ ਕੈਪਟਨ ਨੇ ਪਾਏ ਇਹ ਕੀ ਹੋ ਰਿਹਾ ਏ ਨੰਦਸ ਇੱਥੇ ਸਿਆਣਾ ਬਣਿਆ ਫਿਰਦਾ ਤੂ ਬਾਲਾ ਪੰਜਾਬ ਦੇ ਲੋਕਾਂ ਨੂੰ ਸਮਝ ਕੀ ਰੱਖਿਆ ਇੱਥੇ ਇਹ ਜਿਹੜਾ ਚਰਨਜੀ ਚੰਨੀ ਬਣਾ ਕੀ ਇਹ ਆਫਸਰਲੇ ਲਾਊਗਾ ਤੁਹਾਨੂੰ ਵੀ ਪਤਾ ਫੈਸਲੇ ਕਿਹਨੇ ਦੇਣੇ ਆ ਹਾਈ ਕਮਾਂਡ ਨੇ ਕਹਿਣਾ ਉਹ ਜਿਹੜਾ ਮੁੱਦੇ ਕਹਿਣਗੇ ਉਹਨਾਂ ਤੇ ਬੋਲਣਾ ਪੈਣਾ ਤੇ ਮੈਂ ਇਹ ਚੰਨੀ ਨੂੰ ਕਾਹ ਦੇਵਾਂ ਜੇਕਰ ਤੇਰੇ ਵਿੱਚ ਕੋਈ ਮੰਨ ਦੇ ਵਿੱਚ ਕੋਈ ਮਾਰੇ ਮੋਟੇ ਲੋਕਾਸ ਤੇ ਕਰਨਾ ਚਾਹੁੰਨਾ ਪਹਿਲੇ ਨੰਬਰ ਤੇ ਰੇਤ mafia ਜਿਹਦੇ ਵਿੱਚੋਂ ਕੋਈ ਨਾ ਤਾਂ ਰੇਤੇ ਚੋਂ ਤਾਰਾ ਸੋਨੇ ਦੀਆਂ ਨਿਕਲਦੀਆਂ ਨਾ ਪਿੱਤਲ ਦੀਆਂ ਨਿਕਲਦੀਆਂ ਨਾ ਹੀਰੇਆਂ ਦੀਆਂ ਨਿਕਲਦੀਆਂ ਉਹਦੇ ਵਿੱਚੋਂ ਕੀ ਨਿਕਲਦਾ ਕੱਲਾ ਰੇਤ ਆ ਉਹ ਉਹ 1400 ਦੀ ਟਰਾਲੀ ਹੁੰਦੀ ਸੀ ਕਦੇ 1000 ਰੁਪਏ ਦੀ ਟਰਾਲੀ ਮੈਂ ਅੱਖਾਂ ਨਾਲ ਵੇਖਦੀ ਵੇਖੀ ਆਪਦੇ ਉਹ ਟਰਾਲੀ ਕਿੰਨੇ ਦੀ ਵਿਕਣੀ ਚਾਹੀਦੀ ਆ ਹੱਦੋਂ ਵੱਧ 2000 ਦੀ ਟਰਾਲੀ ਵਿਕਣਾ ਚਾਹੀਦਾ ਅੱਜ ਹਜ਼ਾਰਾਂ ਦਾ ਵਿਖਦਾ ਉਹਨੂੰ ਮਾਪੋ ਨੂੰ ਜਿਹੜੇ ਐਮਐਲਏ ਕਰੀ ਜਾਂਦੇ ਰੇਤ ਮਾਰਚ ਨੂੰ ਚੱਕ ਕੇ ਬਾਹਰ ਥੋਕ ਤੂੰ ਅੱਜ ਤੋਂ 3 ਮਹੀਨਾ ਬਾਅਦ ਵੀ ਸੀਐਮ ਨਹੀਂ ਰਹਿਣਾ ਇਹ ਤੈਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਪੰਜਾਬ ਦੇ ਲੋਕ ਵੀ ਜਾਣਦੇ ਆ ਇਹ ਹੈ ਕੋਈ ਉਹਨਾਂ ਦੀ ਸਿਆਸਤਾਂ ਜਿਹੜੀ ਹਾਈ ਕਮਾਂਡ ਵਜਦੀ ਆ ਤੇ ਜੇਕਰ ਤਿੰਨ ਦਿਨਾਂ ਦੇ ਵਿੱਚ ਰਹਿ ਕੇ ਵੀ ਚਾਰ ਕੰਮ ਚੰਗੇ ਕਰ ਦੇਗਾ ਜਿਵੇਂ ਨਾਇਕ ਫਿਲਮ ਦੇ ਵਿੱਚ ਨਿਲ ਕਪੂਰ ਤੇ ਇੱਕ ਦਿਨ ਚ ਕਰ ਦਿੰਦਾ tochy ਸੀਐਮ ਸੀਐਮ ਹੋ ਜਾਂਦੀ ਆ ਇਹੋ ਜੇ ਕੰਮ ਕਰਕੇ ਵਿਖਾ ਤੈਨੂੰ ਲੋਕ ਇਹ ਨਾ ਕਹਣ ਤੂੰ ਮੋਹਰਾਂ ਤੇ ਕਹਿਣ ਵਾਕੀ ਦੇ ਵਿੱਚ ਦਿਮਾਗ ਹੈਗਾ ਤੇ ਮੈਂ ਇੱਥੇ ਮਾਫੀ ਚਾਹੁੰਨਾ ਪੰਜਾਬ ਦੇ ਲੋਕੋ ਮੈਂ ਕੋਈ ਜਾਤ ਪਾਤ ਨਹੀਂ ਇੱਥੇ ਕਰਦਾ ਪਰ ਇਹ ਪੰਜਾਬ ਦੇ ਵਿੱਚ ਜੁੰਡਾ ਜੁੰਡੀ ਕਰਾਉਣਗੇ ਲੋਕਾਂ ਨੂੰ ਇਹ ਕਰਨਾ ਕਿਨੇ ਧਿਆਨ ਗਾ ਰੱਖਣਾ ਹੁੰਦਾ ਐਮਐਲਏ ਕੀ ਹੁੰਦਾ ਕੀ ਹੁੰਦਾ ਐਮਐਲਏ ਕਿਸੇ ਪਾਰਟੀ ਦਾ ਆ ਇੱਕ ਦਿਹਾੜਗਾ ਹੁੰਦਾ ਜਿਵੇਂ ਹਾਈ ਕਮਾਂਡ ਨੇ ਕਹਿਤਾ ਉਹਨੇ ਉਹਨੇ ਕਹਿੰਦਾ ਇੱਥੇ ਮੂਤ ਤੇ ਸਿਟੀ ਮਾਰ ਦੇਣ ਕਰਨ ਸਿਟੀ ਮਾਰ ਕੇ ਮੂਤ ਨਾ ਪੈਣਾ ਜੇ ਸੀਐਮ ਕੈਪਟਨ ਮਰਿੰਦਰ ਸਿੰਘ ਨੇ ਕੀ ਕੀਤਾ ਜਰਨਲ ਚਾਹੁੰਦਾ ਸੀ ਦੱਸ ਗੁਰਪ੍ਰੀਤ ਕੋਟਲੀ ਕੀ ਤੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗਿਆ ਇੱਥੇ ਕੀ ਇਹਨੇ ਕੀਤਾ ਮੈਨੂੰ ਦੱਸ ਇੱਥੇ ਇਹਦਾ ਜਰਨਲ ਸੀ ਨੇ ਐਜੂਕੇਸ਼ਨ ਫ੍ਰੀ ਨਹੀਂ ਕੀਤਾ ਉਹ ਮੋਦੀ ਕਹਿ ਰਿਹਾ ਸੀ ਹਿੰਦੂਆਂ ਨੂੰ ਰਾਜ ਕਰਾਉਣਾ ਹਿੰਦੂਆਂ ਨੂੰ ਰਾਜ ਕਰਾਉਣਾ ਤੁਹਾਨੂੰ ਸਭ ਮੂਰਖ ਬਣਾ ਰਿਆ ਤੁਹਾਡਾ ਦਿਮਾਗ ਦਾ ਸ਼ੋਸ਼ਣ ਕਰ ਰਿਆ ਤੁਹਾਨੂੰ ਪਤਾ ਨਹੀਂ ਲੱਗ ਰਿਆ ਜੇ ਕਰੋ ਹਿੰਦੂਆਂ ਨੂੰ ਰਾਜ ਦਿਵਾਉਣਾ ਚਾਹੁੰਦਾ ਹਿੰਦੂਆਂ ਨੂੰ ਰਾਜ ਕਰਾਉਣਾ ਚਾਹੁੰਦਾ ਤਾਂ ਇਹ ਸਿੱਖਾਂ ਨੂੰ ਮੁਸਲਮਾਨਾਂ ਨੂੰ ਤੇ ਜਿਹੜੇ ਆਪਣੇ ਕ੍ਰਿਸ਼ਨ ਲੋਕ ਹੁੰਦੇ ਆ ਮੈਂ ਮਾਫੀ ਚਾਹੁੰਦਾ ਮੈਂ ਕੁਝ ਬਾਲਾ ਧਰਮਾਂ ਬਾਰੇ ਨਹੀਂ ਜਾਣਦਾ ਕਿ ਉਹਨਾਂ ਨੂੰ ਜੇਕਰ 100 ਰੁਪਏ ਲੀਟਰ ਪੈਟਰੋਲ ਮਿਲਦਾ ਤਾਂ ਹਿੰਦੂਆਂ ਨੂੰ 50 ਰੁਪਏ ਲੀਟਰ ਦੇਵੇਖਾ ਮੋਦੀ ਜੇਕਰ ਹਿੰਦੂਆਂ ਨੂੰ ਰਾਜ ਕਰਾਉਣਾ ਜਿਹੜੀ ਆ ਢਾਲ ਮਿਲਦੀ ਆ ਸਿੱਖਾਂ ਨੂੰ ਮਿਲਦੀ ਆ ਮੁਸਲਮਾਨਾਂ ਨੂੰ ਮਿਲਦੀ ਹੈ ਦਾਲ ਮੁਸਲਮ ਵੀਰ ਆ ਜਿਹੜੇ ਕ੍ਰਿਸ਼ਣ ਲੋਕਾਂ ਨੂੰ ਮਿਲਦੀ ਹੈ ਲਗਭਗ 250 ਰੁਪਏ ਕਿਲੋ ਹੀ ਪਈ ਆ ਮੂੰਗੀ ਦੀ ਦਾਲ 150 ਰੁਪਏ ਕਿਲੋ ਤਾਂ ਜੇਕਰ ਇਹਨਾਂ ਤਿੰਨਾਂ ਧਰਮਾਂ ਨੂੰ ਤਿੰਨੇ ਜਿਹੜੀਆਂ ਕੌਮਾਂ ਨੂੰ ਮਿਲਦੀ ਆ 150 ਨੂੰ ਮਿਲਦੀ ਆ ਤਾਂ ਮੋਦੀ ਨੇ ਹਿੰਦੂਆਂ ਨੂੰ ਰਾਜ਼ ਕਰਾਉਣਾ ਤਾਂ ਫਿਰ ਮੈਂ ਕਹਿੰਦਾ ਜਿਹੜੀ ਦਾਲ ਹੈ ਉਹਨਾਂ ਨੂੰ ਦੇਣ ਕਿ 50 ਰੁਪਏ ਕਿਲੋ ਜੇਕਰ ਕੋਈ ਆਪਣਾ ਕਹ ਲੋ ਕਿਸਾਨ ਉਹਨ ਇੱਥੇ ਵੇਖੇ ਕਿੱਡਾ ਇਹਨੇ ਬੰਦੇ ਨੇ ਯਾਰ ਕਿੱਡਾ ਮਨ ਖਰਾਬ ਕੀਤਾ ਮੈਂ ਤਾਂ ਹੈਰਾਨ ਹੋ ਗਿਆ ਜੇਕਰ ਕੋਈ ਐਸੇ ਬੰਦਾ ਏ ਕਹਿੰਦਾ ਕਿ ਮੈਂ ਰਾਜ ਕਰਾਉਣਾ ਐਸੇ ਬੰਦਿਆਂ ਨੂੰ ਚਾਹੇ ਉਹਦੇ ਵਿੱਚ ਹੁਣ ਮੈਂ ਕਹਿੰਨਾ ਉਹ ਆ ਗਏ ਸਾਰੇ ਜਿਨ੍ਹਾਂ ਨੂੰ ਮੈਂ ਲਿਆਉਣਾ ਚਾਹੁੰਦਾ ਸੀ ਤਾਂ ਤੁਸੀਂ ਦੱਸੋ ਓਏ ਐਸੇ ਬੰਦਿਆਂ ਵਾਸਤੇ ਕੀਤਾ ਕੀ ਆ ਸਾਧੂ ਮੰਤਰੀ ਨੂੰ ਮੈਂ ਕਹਿੰਨਾ ਜਿਹੜੀਆਂ ਤੂੰ ਆ ਕਪਲਾ ਕੀਤਾ ਕਰੋੜਾ ਰੁਪਈਆ ਦਾ ਲੋਕ ਕਹਿੰਦੇ ਆ ਦੂਜੀਆਂ ਪਾਰਟੀਆਂ ਕਹਿੰਦੀਆਂ ਤਾਂ ਮੈਨੂੰ ਇਹ ਗੱਲਾਂ ਦਾ ਜਵਾਬ ਦੇ ਲੋਕ ਜਿਹੜਾ ਬੰਦਾ ਤੁਹਾਡਾ ਕਪਲਾ ਇਹਨੇ ਇਕੱਲੇ ਨੇ ਨਹੀਂ ਕੀਤਾ ਹੋਣਾ ਸਭ ਵਿੱਚ ਮੌਜੂਦ ਹੋਣੇ ਆ ਹੋਰ 64 ਕਰੋੜ ਰੁਪਈਆ ਨੂੰ ਇਕੱਲੇ ਨੂੰ ਖਾਣ ਦੇਣਗੇ ਇਹਨੂੰ ਇਹ ਤਾਨੂੰ ਮੈਂ ਕਹ ਰਿਹਾ ਸਰ ਮੂਰਖ ਬਣਾ ਰੇ ਜਾ ਰਿਆ ਤੁਹਾਡੀ ਜਾਤ ਨੂੰ ਹਰ ਇੱਕ ਜਾਤ ਦਾ ਬੰਦਾ ਤਾਂ ਬਣਾਇਆ ਗਿਆ ਜਿਵੇਂ ਕਹ ਲੋ ਉਹਨਾਂ ਦੇ ਕੋਲ ਕੁਝ ਨਹੀਂ ਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਦੇਵਾਂ ਇੱਥੇ ਇੱਕ ਲੱਖ ਰੁਪਏ ਦੀ ਮੱਝ ਹੁੰਦੀ ਆ ਲੱਖ ਰੁਪਏ ਦੀ ਮੱਝ ਨੂੰ 100 ਰੁਪਏ ਦਾ ਸੰਗਲ ਬੰਨ ਲੈਂਦਾ 100 ਰੁਪਏ ਦਾ ਸੰਗਲ ਉਹ ਸਾਡੇ ਇੰਡੀਆ ਦਾ ਲੋਕ ਸਾਡੇ ਲੋਕ ਆ ਇੱਥੇ ਬੜੇ ਯੋਧੇ ਲੋਕ ਆ ਬੜੇ ਜਿਹੜੇ ਕਹ ਲੋ ਮੈਂ ਇੱਥੇ ਕੀ ਕਹਾਂ ਬੜੇ ਇੰਟੈਲੀਜੈਂਟ ਲੋਕ ਆ ਬੜੇ ਸਮਝਦਾਰ ਆਲੇ ਲੋਕ ਆ ਬڑے ਇਹਨਾਂ ਦੇ ਵਿੱਚ ਕਹਿ ਲੋ بڑے ਇਹਨਾਂ ਦਾ ਦਿਮਾਗ ਪਾਇਆ ਹੋਇਆ ਰੱਬ ਨੇ ਪਰ ਇਹਨਾਂ ਨੂੰ ਇੱਕ ਰੱਸਾ ਬੰਨ ਲੈਂਦਾ ਉਹ ਕਹਦਾ ਜਾਤ ਤੇ ਧਰਮ ਦਾ ਤੁਹਾਨੂੰ ਵੀ ਉਹ 100 ਰੁਪਏ ਦਾ ਰੱਸਾ ਬੰਨਦਾ ਐਡੇ ਨਕਾਰੇ ਲੋਕ ਯਾਰ ਤੁਸੀਂ ਲੱਖੇ ਸੁਧਾਣੇ ਹੋਰੀ ਆ ਚੰਗਾ ਕੰਮ ਕਰ ਰਿਹਾ ਨਾਲ ਅਸੀਂ ਉਹਨਾਂ ਦੇ ਨਾਲ ਮੈਂ ਇੱਥੇ ਕਹਿਣਾ ਜਿਹੜਾ ਬੰਦਾ ਚੰਗੀ ਰਾਜਨੀਤੀ ਕਰੂਗਾ ਸੀ ਉਹਨਾਂ ਦੇ ਨਾਲ ਜਿਹੜਾ ਬੰਦਾ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਜਾਤੀ ਦਾ ਮੈਂ ਹੱਥ ਖੜ ਕੇ ਖੜਾ ਕਰਕੇ ਕਹਿਣਾ ਤੁਸੀਂ ਪੰਜਾਬ ਦੇ ਮਾਹੌਲ ਖਰਾਬ ਨਾ ਕਰੋ ਮੈਂ ਇੱਥੇ ਕਹਿ ਦੇਵਾਂ ਗੁਰਪ੍ਰੀਤ ਕੋਟਰੀ ਕੀ ਕਰਨਾ ਚਾਹੁੰਦਾ ਕੀ ਸਬਦ ਕਰਨਾ ਚਾਹੁੰਦਾ ਤੂੰ ਜੇਕਰ ਚਰਨਜੀਤ ਚੰਨੀ ਮੋਰਾ ਤਾਂ ਬਾਦਲ ਵੀ ਮੋਰਾ ਸੀ ਜੇਕਰ ਚਰਨਜੀਤ ਚੰਨੀ ਜਾਂ ਹਰਪਾਲ ਚੀਮਾ ਮੋਰਾ ਤਾਂ ਭਗਵਾਨ ਜਿਹੜਾ ਭਗਵੰਤਮਾਨ ਹੈ ਵੀ ਮੋਰਾ ਸੀ ਇਹ ਮੋਰਾ ਹੀ ਆ ਪੰਜਾਬ ਦੇ ਵਿੱਚ ਪਾਰਟੀ ਕਿਹਨੇ ਲੈਂਦੀ ਆ ਝਾਰੂ ਕਿਹਨੇ ਲੈਂਦਾ ਭਗਵੰਤਮਾਨ ਕੇਜਰੀਵਾਲ ਮੂੰਹ ਲਾਉਂਦੇ ਨੂੰ ਨਹੀਂ ਲਾਉਂਦਾ ਉਹਨੂੰ ਪਤਾ ਜੇਕਰ ਇਹਨੂੰ ਮੈਂ ਬਣਾਉਂਗਾ ਇਹ ਆਪਦੇ ਮਨਮਰਜ਼ੀ ਕਰੂਗਾ ਇਹ ਗੱਲ ਦੱਸੋ ਮੈਨੂੰ ਇਹ ਮਨਮਰਜ਼ੀ ਕਰੂਗਾ ਕਿ ਨਹੀਂ ਕਰੂਗਾ ਕਰੂਗਾ ਆਪਦੀ ਮਨਮਰਜ਼ੀ ਮੰਨ ਲਓ ਕੋਈ ਮਿਸਤਰੀ ਆ ਜਾਂ ਮੰਨ ਲਓ ਕੋਈ ਕਿਸਾਨ ਆ ਉਹ ਦਿਹਾੜੀ ਦੇ ਲੈ ਕੇ ਗਿਆ ਤੌੜੇ ਆਪਦੇ ਹਿਸਾਬ ਦੇ ਨਾਲ ਖੇਤਾਂ ਚੋਂ ਕੰਮ ਮਰਵਾਉਣਾ ਆਪਦੇ ਹਿਸਾਬ ਦੇ ਨਾਲ ਖੇਤਾਂ ਚੋਂ ਨਰਮਾ ਚੰਗਾ ਹੋਣਾ ਹੋਰ ਉਹ ਤੁਹਾਡੇ ਹਿਸਾਬ ਦੇ ਨਾਲ ਨਹੀਂ ਚੱਲਣਗੇ ਉਹਨਾਂ ਨੇ ਪਾਰਟੀਆਂ ਬਣਾਆਂਗਾ ਜਾਂ ਤੁਸੀਂ ਪਾਰਟੀ ਬਣਾਓ ਫਿਰ ਤੂੰ ਕਹਿ ਰਿਹਾ ਕਿਸਾਨ ਪਾਰਟੀ ਨਹੀਂ ਬਣਾ ਰਿਹਾ ਕਿਉਂ ਨਹੀਂ ਬਣਾ ਰਿਹਾ ਪਾਰਟੀ ਕਿਉਂ ਕਿਉਂ ਨਹੀਂ ਬਣਾ ਰਿਹਾ ਕਿਉਂਕਿ ਕਿਸਾਨ ਖੁਦ ਵੀਡੀਓ ਪਾ ਕੇ ਕਹਿ ਰਿਹਾ ਜੇਕਰ ਕਾਲੀਆਂ ਦਾ ਤੁਸੀਂ ਵਿਰੋਧ ਕੀਤਾ ਅਸੀਂ ਟਿੱਕਰੀ ਬਾੜ ਤੋਂ ਟਰਾਲੀਆਂ ਲੈ ਆਵਾਂਗੇ ਇਹ ਦੇ ਚੱਲੂਗਾ ਹੈ ਐ ਕਿਸਾਨੀ ਬਚੂਗੀ ਐ ਮਜ਼ਦੂਰੀ ਬਚੂਗੀ ਕਿਸਾਨ ਤੇ ਮਜ਼ਦੂਰ ਜਿੰਨੇ ਲੋਕ ਆ ਪੰਜਾਬ ਦੇ ਉਹ ਆਪਦੀ ਪਾਰਟੀ ਬਣਾ ਸਕਦੇ ਆ ਬਣਾਓ ਜੇਕਰ ਲੋਕ ਕਾਲੇ ਝੰਡੇ ਲਾ ਸਕਦੇ ਆ ਕਿਸਾਨੀ ਵਾਸਤੇ ਤਾਂ ਕਿਸਾਨਾਂ ਦੇ ਵਾਸਤੇ ਉਹ ਫੰਡ ਵੀ ਇਕੱਠਾ ਕਰ ਸਕਦੇ ਆ ਮੈਂ ਦੇਊਗਾ ਸਭ ਤੋਂ ਪਹਿਲਾਂ ਫੰਡ ਜੋ ਮੈਨੂੰ ਸਰਦਾ ਜੋ ਮੈਂ ਦਿਹਾੜੀਦਾਰ ਬੰਦਾ ਮੈਂ ਜੋ ਕਰ ਸਕਦਾ ਪੰਜਾਬ ਦੇ ਮਾਣ ਖਰਾਬ ਨਾ ਕਰੋ ਪੰਜਾਬ ਨੂੰ ਤਿੰਨ ਚਾਰ ਤੀਜਾ ਚਾਹੀਦੀਆਂ ਚਾਹੀਦੀਆਂ ਬਸ ਬਾਕੀ ਦਿਓ ਹੋਰ ਕੁਝ ਨਹੀਂ ਚਾਹੀਦਾ ਇਹ ਚਰਨੀ ਚੰਨੀ ਨੂੰ ਵੀ ਮੈਂ ਕਹਿ ਦਿੰਦਾ ਪਹਿਲਾ ਤਿੰਨ ਦਿਨ ਮੁੱਖ ਮੰਤਰੀ ਰਹਿ ਇਹੋ ਜੇ ਕੰਮ ਕਰਦੇ ਨਾ ਅਰਗੇ ਜਵਾਨ ਬੰਦ ਕਰਦੇ ਤੇ ਜੇਕਰ ਭਾਈ ਸਾਹਿਬ ਤੁਸੀਂ ਉਹਨਾਂ ਦੀਆਂ ਉਂਗਲਾਂ ਤੇ ਚੜਦਾ ਫਿਰ ਸਾਡੇ ਕੋਈ ਫਾਇਦਾ ਨਹੀਂਗਾ ਤੇ ਮੈਂ ਇੱਥੇ ਗੱਲ ਕਰ ਰਿਹਾ ਮੈਂ ਪੰਜਾਬ ਦੇ ਲੋਕਾਂ ਤੋਂ ਮਾਫੀ ਚਾਹੁੰਨਾ ਇਹ ਬੰਦਾ ਯਾਰ ਇਹ ਮਨ ਖਰਾਬ ਕਰਤਾ ਜਾਤ ਪਾਤ ਪੁਲਾਉਣੀ ਪੰਜਾਬ ਦੇ ਵਿੱਚ ਕਿ ਗੱਲਾਂ ਸਿਰਫ ਜਾਤ ਪੱਤ ਕੋਈ ਜਾਤ ਨਹੀਂ ਕੋਈ ਕੁਛ ਨਹੀਂ ਇੱਥੇ ਕੀ ਜਾਤ ਆ ਕੀ ਕੀ ਮਤਲਬ ਕੀ ਕੀ ਜੱਟ ਕੀ ਮਜਬੀ ਕੀ ਕੀ ਐ ਇਹ ਇਕਾ ਕਰੋ ਆਪਸ ਵਿੱਚ ਤਾਂ ਤਾਂ ਬਾਹਰ ਲੀਆਂ ਕੰਪਨੀਆਂ ਉਹ ਪੈਡੀਆਂ ਜਿਹੜੀਆਂ ਚੱਲਦੀਆਂ ਹੋਊਗਾ ਕੰਪਨੀਆਂ ਬਾਹਰ ਲੀਆਂ ਜਿਹੜੀਆਂ ਕੰਪਨੀਆਂ ਕਿਹਨੇ ਬਾਹਰ ਲੀਆਂ ਕੰਟਰੀਆਂ ਜਿਹੜੀਆਂ ਉਹਦੇ ਵਿੱਚ ਸਿੱਖਾਂ ਦੇ ਜਿਹੜੇ ਲੋਕ ਜਾਂ ਜਿਹੜੇ ਇੰਡੀਅਨ ਲੋਕ ਆ ਪੰਜਾਬੀ ਚ ਕਹਿ ਲਿਗੇ ਉਹ ਉੱਥੇ ਪਤਾ ਨਹੀਂ ਕਿੱਡੇ ਕਿੱਡੇ ਅਫਸਰ ਬਣੇ ਆ ਤੇ ਕੀ ਉਹ ਮਤਲਬ ਉਹਦਾ ਕਈ ਇੰਡੀਅਨ ਲੋਕਾਂ ਨੂੰ ਨਗਰੇ ਨਹੀਂ ਗਈ ਤੇ ਮੈਂ ਕਹਿਣਾ ਆ ਗੁਰਪ੍ਰੀਤ ਦਾ ਕੋਟਲੀ ਵਰਗੇ ਨੂੰ ਕਲੇ ਨਹੀਂਗੀ ਪਤਾ ਹੀ ਨਹੀਂ ਉਹਨਾਂ ਨੂੰ ਕਰਨਾ ਕੀ ਆ ਤੇ ਮੈਂ ਮਾਫੀ ਚਾਉਂਦਾ ਸਾਰਿਆਂ ਤੋਂ ਤੇ ਗੁਰਪ੍ਰੀਤ ਕੋਟਲੀ ਨੂੰ ਵੀ ਕਹਿਣਾ ਇਹ ਇਹੋ ਜਿਹੇ ਬਹਿਣ ਬਾਜੀਆਂ ਨਹੀਂ ਦੇਈ ਤੇ ਹੁੰਦੇ ਚੰਗਾ ਸਿਆਣਾ ਬੇਣਾ ਬੰਦਾ ਤੂੰ ਇਹ ਇਹ ਭਲੇ ਰਾਜਨੀਤੀ ਸੰਭੋ ਚਾਹੇ ਉਹ ਸੀਐਚ ਚਾਹੇ ਉਹ ਬੀਸੀਐ ਚਾਹੇ ਉਹ ਜਰਨਲ ਆ ਜਦੋਂ ਆਪਣੇ ਵਰਗੇ ਜਾਤਾਂ ਪਾਤਾਂ 'ਚ ਪੈਣਗੇ ਉਹ ਜਿਹੜਾ ਨਵਜੋਤ ਸਿੰਘ ਸਿੱਧੂ ਆ ਉਹ ਤਾਂ ਵੇਂਦਾ ਨਹੀਂ ਵੀ ਉਹ ਇੱਕ ਐਸੀ ਆ ਉਹਨੂੰ ਜੱਫੀ ਪਾਈ ਫਿਰਦਾ ਮੂੰਹ ਚੁੰਮਨ ਤੱਕ ਜਾਂਦਾ ਹੁੰਦਾ ਉਹ ਕਿਉਂਕਿ ਪਤਾ ਉਹ ਤਾਂ ਕੰਮ ਲੈਣੇ ਇਹਨਾਂ ਨੇ ਇਹਨਾਂ ਨੇ ਕਿਹਾ ਹਣਾ ਵੀ ਇਹਨੂੰ ਬਣਾਓ ਤੁਸੀਂ ਉਹ ਬੋਲਦਾ ਨਹੀਂ ਹੁਣੇ ਨਾ ਕਿ ਤਾਂ ਕੀ ਹੋਣਾ ਤੇ ਉਹਨਾਂ ਨੇ ਪਤਾ ਕੌਣ ਬਣਾਉਣਾ ਜਿਹੜਾ ਹਾਈ ਕਮਾਂਡ ਦਾ ਕੋਣਾ ਚੱਲੇ ਮੈਂ ਗਲਤ ਕਹਿਣਾ ਮੈਂ ਜੇਕਰ ਗਲਤ ਕਹਿਣਾ ਤੇ ਮੈਂ ਲੋਕਾਂ ਨੂੰ ਕਹਿਣਾ ਮੈਨੂੰ ਮਾਰੋ ਇੱਥੇ ਮੈਂ ਕਹਿਣਾ ਜਾਇ ਕੋਈ ਜਾਤ ਦਾ ਚਾਹ ਕੋਈ ਮਜਬੀਆ ਚਾਹ ਕੋਈ ਵੀ ਜਾਤ ਦਾ ਭਾਈ ਸਾਹਿਬ ਜਾਤਾਂ ਨੂੰ ਵੋਟਾਂ ਨਾ ਪਾਓ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਇਹ ਸਾਰੇ ਤੁਸੀਂ ਦੇਸ਼ ਦਾ ਸਤਿਆਨਾਸ਼ ਮਾਰਤੀ ਇੱਥੇ ਲੱਖ ਰੁਪਏ ਦੀ ਮੱਝ 100 ਰੁਪਏ ਦੇ ਰਸੇ ਨਾਲ 100 ਰੁਪਏ ਦੇ ਸੰਗਲ ਨਾਲ ਬੰਨੀ ਜਾਂਦੀ ਹੈ ਤੇ ਉਵੇਂ ਪੰਜਾਬ ਦੇ ਏਡੇ ਏਡੇ ਯੋਧੇ ਇੰਡੀਆ ਦੇ ਏਡੇ ਏਡੇ ਯੋਧੇ ਇੱਕ ਸਿੱਖ ਛੋਟੀ ਚੀਨਾ ਵੱਧਦੇ ਜਾਂਦੇ ਉਹ ਕੀ ਇਹ ਕਰ ਜਾਤ ਕੀ ਆ ਬਸ ਵੱਧਾ ਗਿਆ ਚੱਕ ਵੇ ਕਿੱਡਾ ਵੱਡਾ ਰਸਾ ਉਹਨਾਂ ਦਾ ਸਮਝੋ ਇਹਨਾਂ ਗੱਲਾਂ ਨੂੰ ਮਾਫੀ ਚ ਉਹਨਾਂ ਦੇ ਕੇ ਫਿਰ ਤੋਂ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਨੂੰ ਗਲਤ ਕਿਹਾ ਵੇ ਤੇਰੇ ਤੋਂ ਵੀ ਮਾਫੀ ਮੰਗਦਾ ਭਰਾਵਾ ਤੇ ਬਾਕੀ ਤੇਰਾ ਕੰਮ ਇਹ ਹੈਗਾ ਕਦੇ ਉਸ ਪੋਲ ਤੇ ਕਦੇ ਉਸ ਪੋਲ ਤੇ ਯਾਰ ਸਾਡਾ ਤਿਤਲੀਆਂ ਵਰਗਾ ਤੇ ਸਿੱਧੂ ਸਾਡਾ ਤਿਤਲੀਆਂ ਵਰਗਾ ਕਦੇ ਉਹ ਪਾਰਟੀ 'ਚ ਕਰੇ ਉਹ ਕੀ ਤੇ ਯਾਰ ਬਾਰੇ ਕੋਲ ਦੱਸੋ ਮੈਨੂੰ ਕੀ ਤੇ ਯਾਰ ਅਜਦਾ ਇਹਦਾ ਤਜਰਬਾ ਪੰਜਾਬ ਨੂੰ ਨਹੀਂ ਬਚਾ ਸਕਿਆ ਬਾਦਲ ਦਾ ਤਜਰਬਾ ਨਹੀਂ ਬਚਾ ਸਕਿਆ ਤੇ ਮੈਂ ਭਗਵਾਨ ਤਮਨ ਨੂੰ ਕਹਿਣਾ ਪਾਰਟੀ ਆਪ ਦੀ ਬਣਾ ਲੈ ਜੇਕਰ ਵਾਕਿਆ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਜਾਤ ਪਾਤ ਨੂੰ ਛੱਡੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ